त्योहारां दे सीजन दे विच अक्सर ही जिहड़े लोग ने उन्हां वल्लों धार्मिक प्रोग्राम करवाए जांदे ने। अलग अलग थावां ते जिहड़ा माता की पूजा भी हुंदी है अते जगराते भी लोगों वल्लों जिहड़े आ ओह करवाए जांदे ने, पर इसे दे विच ही कई बार इदां दीआं घटनावां सामने आउंदीआं ने जो कि काफ़ी अनहोणीआं ने अते लोगों नूं काफ़ी परेशानी भी हुंदी है। इदां दा एक मामला जिहड़ा लुधियाणे के जीवन नगर तो सामने आया जिथे कि बीती रात एक धार्मिक प्रोग्राम चल रहा सी, उत्थे कुछ लोगों वालों जिहड़ा वो डीजे लगाए हुए सी अते माता दीआं भेटां जिहड़ीआं ने उत्थे चल रही सी, पर इसे दे विच ही जो कुछ आस पड़ोस के लोग सी उन्हां वल्लों रोस जताया गया, उन्हां वल्लों देर रात डीजे चलाउण नूं लैके रोस जताया गया, जिस तों बाद काफ़ी विवाद जिहड़ा वो खड़ा हो गया। तुहानूं नाल नाल जिहड़ा है उत्थों दीआं मौके दीआं तस्वीरां दिखा रहे हां, ਇਹ ਉਸ ਜਗ੍ਹਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਪ੍ਰੋਗਰਾਮ ਚੱਲ ਰਿਹਾ ਸੀ। ਲੁਧਿਆਣਾ ਦੇ ਵਿੱਚ ਜੀਵਨ ਨਗਰ ਇਲਾਕੇ ਦੇ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਕਿ ਮਾਤਾ ਦੇ ਜਿਹੜੀਆਂ ਮੂਰਤੀਆਂ ਵੀ ਲਗਾਈਆਂ ਗਈਆਂ ਸੀ। ਜਦੋਂ ਲੋਕਾਂ ਵੱਲੋਂ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ ਗਿਆ, ਉੱਥੇ ਜਿਹੜਾ ਰੋਸ ਜਤਾਇਆ ਗਿਆ, ਤਾਂ ਆਪਸ ਦੇ ਵਿੱਚ ਜਿਹੜੀਆਂ ਦੋਨੇ ਧਿਰਾਂ ਨੇ ਉਹ ਭਿੜ ਗਈਆਂ, ਜੋ ਕਿ ਪ੍ਰਬੰਧਕ ਸੀ ਅਤੇ ਦੂਸਰੇ ਪਾਸੇ ਜੋ ਪੜੋਸੀ ਸੀ, ਜਿਨ੍ਹਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਸੀ ਕਿ ਡੀਜੇ ਜਿਹੜਾ ਦੇਰ ਰਾਤ ਤੱਕ ਬੰਦ ਹੋਣਾ ਚਾਹੀਦਾ। ਜਦੋਂ ਵਿਰੋਸ ਵਧਿਆ ਤਾਂ ਉਹ ਜਿਹੜਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰ ਕੁਟਾਈ ਦੇ ਉੱਪਰ ਉੱਤਰ ਆਏ ਅਤੇ ਇਸੇ ਦੇ ਵਿੱਚ ਹੀ ਜਿਹੜੀਆਂ ਧਾਰਮਿਕ ਮੂਰਤੀਆਂ ਨੇ ਉਹ ਵੀ ਖੰਡਿਤ ਹੋ ਗਈਆਂ, ਜਿਸ ਤੋਂ ਬਾਅਦ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵਿੱਚ ਕਾਫੀ ਰੋਸ ਦਿਖਿਆ। ਮੌਕੇ 'ਤੇ ਜਿਹੜਾ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਵੱਲੋਂ ਆ ਕੇ ਸਾਰਾ ਮਾਮਲਾ ਜਿਹੜਾ ਇੱਕ ਵਾਰ ਸ਼ਾਂਤ ਕਰ ਦਿੱਤਾ ਗਿਆ, ਪਰ ਮੂਰਤੀਆਂ ਖੰਡਿਤ ਹੋਣ ਤੋਂ ਬਾਅਦ ਜਿਹੜੇ ਪ੍ਰਬੰਧਕ ਸੀ ਉਹਨਾਂ ਵੱਲੋਂ ਹੁਣ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਵੱਲੋਂ ਵੀ ਇਹ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਆ ਕੇ ਬਾਧਾ ਜਿਹੜੀ ਉਹ ਬਣੇ ਨੇ, ਉਹਨਾਂ ਨੂੰ ਜਿਹੜਾ ਉਹ ਸਜ਼ਾ ਮਿਲਣੀ ਚਾਹੀਦੀ ਹੈ, ਉਹਨਾਂ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਲੋਕ ਜਿਹੜੇ ਨੇ ਉਹ ਰਸਤਿਆਂ ਦੇ ਵਿੱਚ ਟੈਂਟ ਲਗਾ ਕੇ ਇੱਦਾਂ ਦੇ ਧਾਰਮਿਕ ਪ੍ਰੋਗਰਾਮ ਕਰਦੇ ਨੇ। ਠੀਕ ਹੈ, ਕਿੱਥੇ ਤੱਕ ਜਿਹੜਾ ਹੈ ਉਹ ਪ੍ਰੋਗਰਾਮ ਕਰਦੇ ਨੇ ਉਹਨਾਂ ਦੀ ਆਪਣੀ ਧਾਰਮਿਕ ਭਾਵਨਾ ਹੁੰਦੀ ਹੈ, ਪਰ ਜਿਹੜੇ ਲੋਕ ਨੇ ਜਿਹੜੇ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਦੇਰ ਰਾਤ ਤੱਕ ਜਿਹੜੇ ਡੀਜੇ ਚੱਲਦੇ ਨੇ ਜਿਸ ਦੇ ਵਿੱਚ ਧਾਰਮਿਕ ਭੇਟਾਂ ਭਾਵੇਂ ਚੱਲਦੀਆਂ ਨੇ, ਪਰ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੁੰਦੇ ਨੇ। ਇਸੇ ਦੇ ਵਿੱਚ ਹੀ ਜਿਹੜਾ ਲੋਕਾਂ ਵੱਲੋਂ ਰੋਸ ਵੀ ਜਤਾਇਆ ਜਾਂਦਾ ਹੈ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਆਮ ਲੋਕ ਨੇ ਜਿਨ੍ਹਾਂ ਨੇ ਸਵੇਰੇ ਦੁਆਰਾ ਕੰਮ 'ਤੇ ਜਾਣਾ, ਜਿਨ੍ਹਾਂ ਨੇ ਆਪਣਾ ਕੰਮ ਕਾਰ ਜਿਹੜਾ ਰੁਜ਼ਗਾਰ ਚਲਾਉਣਾ, ਉਹਨਾਂ ਦਾ ਉਹ ਬੰਦ ਹੁੰਦਾ ਹੈ, ਤਾਂ ਉਸ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਰੋਸ ਵੀ ਜਤਾਇਆ ਜਾਂਦਾ। ਇਹ ਮਾਮਲਾ ਜਿਹੜਾ ਲੁਧਿਆਣੇ ਤੋਂ ਫਿਲਹਾਲ ਸਾਹਮਣੇ ਆਇਆ ਹੈ। ਇੱਦਾਂ ਦੇ ਕਾਫੀ ਮਾਮਲੇ ਜਿਹੜੇ ਨੇ ਅਲੱਗ ਅਲੱਗ ਥਾਵਾਂ ਤੋਂ ਸਾਹਮਣੇ ਆਉਂਦੇ ਨੇ, ਪੰਜਾਬ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ, ਈਵਨ ਕਿ ਪੰਜਾਬ ਤੋਂ ਬਾਹਰ ਵੀ ਬਹੁਤ ਥਾਵਾਂ 'ਤੇ ਜਿਹੜਾ ਇੱਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਦੇਰ ਰਾਤ ਤੱਕ ਪ੍ਰੋਗਰਾਮ ਕੀਤਾ ਜਾਂਦਾ ਹੈ। ਹਾਲਾਂਕਿ ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਇੱਕ ਟਾਈਮ ਲਿਮਿਟ ਦਿੱਤੀ ਹੋਈ ਹੈ ਕਿ ਰਾਤ ਨੂੰ ਇਸ ਟਾਈਮ ਤੋਂ ਬਾਅਦ ਕੋਈ ਵੀ ਰੌਲਾ ਰੱਪਾ ਨਹੀਂ ਹੋ ਸਕਦਾ, ਕੋਈ ਵੀ ਜਿਹੜਾ ਡੀਜੇ ਹੈ ਉਹ ਨਹੀਂ ਚਲਾਇਆ ਜਾ ਸਕਦਾ, ਚਾਹੇ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਜਿੱਥੇ ਕਿ ਆਮ ਵਸੋਂ ਦੇ ਲੋਕ ਰਹਿੰਦੇ ਨੇ, ਜਿੱਥੇ ਕਿ ਲੋਕ ਜਿਹੜੇ ਆ ਉਹ ਵੱਸਦੇ ਨੇ, ਉੱਥੇ ਇੱਦਾਂ ਦੇ ਪ੍ਰੋਗਰਾਮਾਂ ਦੇ ਉੱਪਰ ਰੋਕ ਲਗਾਈ ਹੋਈ ਹੈ ਜਿਹੜੇ ਕਿ ਲੇਟ ਨਾਈਟ ਚੱਲਦੇ ਨੇ, ਕਿਉਂਕਿ ਲੋਕਾਂ ਨੂੰ ਜਿਹੜਾ ਅਕਸਰ ਹੀ ਪਰੇਸ਼ਾਨੀ ਹੁੰਦੀ ਹੈ। ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਜਿਹੜਾ ਇੱਦਾਂ ਦਾ ਪ੍ਰੋਗਰਾਮ ਕਰਦੇ ਨੇ, ਤਾਂ ਤੁਹਾਨੂੰ ਕੀ ਲੱਗਦਾ, ਤੁਹਾਡਾ ਕੀ ਖਿਆਲ ਹੈ, ਇਸ ਦੇ ਵਿੱਚ ਅਸਲ ਦੋਸ਼ੀ ਕੌਣ ਹੈ? ਕਿਉਂਕਿ ਜਿਹੜੇ ਪ੍ਰਬੰਧਕ ਸੀ ਉਹਨਾਂ ਵੱਲੋਂ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਮੂਰਤੀਆਂ ਖੰਡਿਤ ਕੀਤੀਆਂ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ, ਬਿਲਕੁਲ, ਕਿਉਂਕਿ ਧਾਰਮਿਕ ਭਾਵਨਾਵਾਂ ਠੇਸ ਹੋਈਆਂ ਨੇ ਕਿਸੇ ਦੀਆਂ, ਜਿਹੜੇ ਧਾਰਮਿਕ ਭਾਵਨਾਵਾਂ ਨੇ ਉਹ ਕਿਸੇ ਦੀਆਂ ਵੀ ਜਿਹੜਾ ਉਹਨਾਂ ਦੇ ਉੱਪਰ ਚੋਟ ਕਰਨੀ ਉਹ ਗਲਤ ਗੱਲ ਹੈ, ਧਾਰਮਿਕ ਪ੍ਰੋਗਰਾਮ ਦੇ ਵਿੱਚ ਆ ਕੇ ਵਾਅਦਾ ਬਣਨੀ ਬਹੁਤ ਗਲਤ ਗੱਲ ਹੈ, ਕਿਤੇ ਵੀ ਜਿਹੜਾ ਇਸ ਚੀਜ਼ ਨੂੰ ਮਾਫ਼ੀ ਨਹੀਂ ਮਿਲ ਸਕਦੀ। ਪਰ ਜੇ ਦੂਜੇ ਪਾਸੇ ਦੇਖੀਏ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਦਾ ਵੀ ਜਿਹੜਾ ਹੈ ਉਹ ਰਾਤ ਜਾਂ ਉਹਨਾਂ ਦਾ ਜਿਹੜਾ ਟਾਈਮ ਹੈ ਉਹ ਖਰਾਬ ਹੁੰਦਾ, ਤਾਂ ਉਹ ਵੀ ਕਿਤੇ ਨਾ ਕਿਤੇ ਗਲਤ ਹੈ। ਤੁਹਾਨੂੰ ਕੀ ਲੱਗਦਾ ਹੈ, ਆਪਣਾ ਜ਼ਰੂਰ ਜਿਹੜਾ ਤੁਹਾਡਾ ਜੋ ਵਿਊਜ਼ ਹੈ ਉਹ ਸਾਨੂੰ ਕਮੈਂਟ ਕਰਕੇ ਦੱਸੋ।